ਪੰਜਾਬ ਦਾ ਜਿਹੜਾ ਬਿਜਲੀ ਵਿਭਾਗ ਹੈ ਉਹ ਲੱਗ ਰਿਹਾ ਜਿਵੇਂ ਨਾ ਆਪਣੇ ਅਖੀਰਲੇ ਸਾਹ 'ਤੇ ਹੈਗਾ। ਇੱਕ ਤਾਂ 3 ਰੁਪਏ ਯੂਨਿਟ ਉਹਨਾਂ ਨੇ ਪਿਛਲੇ ਕੁਛ ਦਿਨਾਂ ਦੇ ਵਿੱਚ ਜਿਹੜਾ ਰੇਟ ਹੈ ਉਹਨਾਂ ਨੇ ਜਿਹੜਾ ਵਾਪਸ ਲੈ ਲਿਆ ਹੈਗਾ ਵੀ ਹੁਣ ਇਹ ਜਿਹੜੀ ਰਿਆਇਤ ਹੈ ਲੋਕਾਂ ਨੂੰ ਨਹੀਂ ਮਿਲੇਗੀ। ਕਿਤੇ ਨਾ ਕਿਤੇ ਛਾਪੇ ਮਾਰੇ ਜਾ ਰਹੇ ਨੇ। ਹੁਣ ਜਿਹੜਾ ਨਵੀਂ ਗੱਲ ਸਾਹਮਣੇ ਆਈ ਹੈ ਉਹ ਇਹ ਆਈ ਹੈ ਉਹਨਾਂ ਨੇ ਕੁਛ ਕਿਸਾਨ ਨੇ ਆਈਡੈਂਟੀਫਾਈ ਕੀਤੇ ਨੇ, ਉਹਨਾਂ ਦੀ ਸ਼ਨਾਖਤ ਕਰ ਲਈ ਹੈ। ਇਹ ਉਹ ਕਿਸਾਨ ਨੇ ਜਿਹੜੇ 24 ਘੰਟੇ ਬਿਜਲੀ ਵਰਤ ਰਹੇ ਨੇ, ਇਹਨਾਂ ਦੀ ਬਿਜਲੀ ਬੰਦ ਕੀਤੀ ਜਾਏਗੀ। ਇਹ ਪੂਰੀ ਖਬਰ ਕੀ ਹੈਗੀ ਹੈ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ 13-14 ਸਾਲ ਪਹਿਲਾਂ ਅਜਿਹੇ ਕਿਸਾਨ ਸੀ ਜਿਨ੍ਹਾਂ ਨੂੰ 24 ਘੰਟੇ ਜਿਹੜੀ ਬਿਜਲੀ ਦੀ ਸਪਲਾਈ ਹੁੰਦੀ ਆ ਉਹਨੂੰ ਡਾਇਰੈਕਟ ਫੀਡਰਾਂ ਤੋਂ ਮਿਲਦੀ ਹੈਗੀ ਆ। ਉਹ 9,000 ਕਿਸਾਨ ਨੇ ਪੰਜਾਬ ਦੇ ਜਿਹੜੇ ਆਈਡੈਂਟੀਫਾਈ ਕੀਤੇ ਹੈਗੇ ਨੇ। ਉਹਦੇ ਨਾਲ ਬਿਜਲੀ ਬੋਰਡ ਦਾ ਘਾਟੇ ਦਾ ਸੌਦਾ ਸਾਬਤ ਹੋਇਆ। ਗਾਂ ਇਲਜ਼ਾਮ ਇਹ ਵੀ ਲੱਗੇ ਨੇ ਕਿ ਬਿਜਲੀ ਦੀ ਚੋਰੀ ਵੀ ਹੁੰਦੀ ਹੈਗੀ ਆ। ਹੁਣ ਸਰਕਾਰ ਦੇ ਵਾਜੇ ਤਾਂ ਲਗਭਗ ਵੱਜੇ ਨੇ, ਸਰਕਾਰ ਹੁਣ ਪਾਈ ਪਾਈ ਨੂੰ ਚਵਾਨੀਆਂ ਨੂੰ ਤਰਸ ਰਹੀ ਹੈਗੀ ਆ ਕਿਉਂਕਿ ਕਰਜ਼ਾ ਸਰਕਾਰ ਨੂੰ ਚੁੱਕਣ ਵਾਸਤੇ ਮਜਬੂਰ ਹੋਣਾ ਪੈ ਰਿਹਾ। ਕਰਜ਼ੇ ਦੀ ਜਿਹੜੀ ਚੁੱਕਣ ਦੀ 10,000 ਕਰੋੜ ਰੁਪਏ ਦੀ ਲਿਮਿਟ ਉਹਨਾਂ ਨੇ ਸੈਂਟਰ ਕੋਲੋਂ ਪ੍ਰਵਾਨਗੀ ਮੰਗੀ ਆ। ਬਿਜਲੀ ਬੋਰਡ 'ਤੇ ਸਾਲਾਨਾ ਕਰੀਬ ਹੁਣ 23,000 ਕਰੋੜ ਰੁਪਏ ਦੀ ਸਬਸਿਡੀ ਹੋ ਜਾਣੀ ਆ। ਉਹ ਬੰਬੀਆਂ ਦਾ, ਮੋਟਰਾਂ ਦਾ, ਘਰਾਂ ਦਾ, ਸਾਰਿਆਂ ਨੂੰ ਕੁੱਲ ਮਿਲਾ ਕੇ ਇੰਨੀ ਬਿਜਲੀ ਸਬਸਿਡੀ ਸਾਲ ਦੀ ਦਿੱਤੀ ਜਾ ਰਹੀ ਹੈਗੀ ਆ। 2600 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਆ ਸਾਲ ਦੀ। 90% ਸਰਕਾਰ ਆਮ ਆਦਮੀ ਪਾਰਟੀ ਦੀ ਦਾਅਵਾ ਕਰਦੀ ਹੈ ਕਿ ਪੰਜਾਬ 'ਚ ਬਿਜਲੀ ਫਰੀ ਹੈਗੀ ਆ। ਜੇ ਪੰਜਾਬ ਦੇ ਵਿੱਚ ਬਿਜਲੀ ਫਰੀ, ਇਸ ਦੇ ਬਾਵਜੂਦ 2600 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਆ। 9,000 ਕਿਸਾਨ ਆਈਡੈਂਟੀਫਾਈ ਕੀਤੇ, ਪਛਾਣ ਕੀਤੀ ਗਈ ਹੈ ਜਿਨ੍ਹਾਂ ਦੀ 24 ਘੰਟੇ ਸਪਲਾਈ ਉਹ ਸਰਕਾਰ ਨੂੰ ਮਹਿੰਗੀ ਪੈ ਰਹੀ ਹੈਗੀ ਹੈ। ਉਹ ਅੱਗੇ ਉਹ ਚੋਰੀ ਵੀ ਕਰਦੇ ਹੈਗੇ ਨੇ, ਹਾਲਾਂਕਿ ਖੇਤੀ ਨੂੰ ਅਗਰ ਝੋਨੇ ਦੀ ਜਾਂ ਕਣਕ ਦੀ ਬਿਜਾਈ ਦੀ ਸਮੇਂ ਦੇ ਉਹ ਕਹਿੰਦੇ 8 ਘੰਟੇ ਬਿਜਲੀ ਹੈ ਖੇਤੀਬਾੜੀ ਵਾਸਤੇ, ਇਹਨਾਂ ਨੂੰ 24 ਘੰਟੇ ਦਿੱਤੀ ਜਾ ਰਹੀ ਹੈ। ਹੁਣ ਸਰਕਾਰ ਉਹ ਵਾਪਸ ਲੈ ਰਹੀ ਹੈਗੀ ਹੈ ਕਿ ਪਛਾਣ ਕੀਤੀ ਜਾਵੇ ਔਰ ਸਰਕਾਰ ਨੂੰ ਪੈਸੇ ਬਚਣ। ਦੂਜੀ ਗੱਲ ਹੈ ਕਿ ਬਿਜਲੀ ਬੋਰਡ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋਏ ਨੇ। ਹੁਣ ਤਾਂ ਬਿਜਲੀ ਬੋਰਡ ਦਾ ਨਵਾਂ ਚੇਅਰਮੈਨ ਵੀ ਸਰਕਾਰ ਨੇ ਲੱਭਣਾ ਸ਼ੁਰੂ ਕਰ ਦਿੱਤਾ ਹੈਗਾ। ਤਨਖਾਹਾਂ ਦੇਣੀਆਂ ਉਹਨਾਂ ਨੂੰ ਔਖੀਆਂ ਹੋ ਚੁੱਕੀਆਂ ਸਰਕਾਰ, ਕਿਉਂਕਿ ਬਿਜਲੀ ਸਬਸਿਡੀ ਜਿਹੜੀ ਆ ਜਦੋਂ ਕਿਸਾਨ ਲੋਕਾਂ ਨੂੰ ਦਿੰਦੀ ਸਰਕਾਰ, ਅਤੇ ਸਰਕਾਰ ਗਰੰਟੀ ਚੁੱਕਦੀ ਹੈਗੀ ਆ ਕਿ ਜਿੰਨੀ ਬਿਜਲੀ ਸਬਸਿਡੀ ਮੰਨ ਲਓ 23,000 ਕਰੋੜ ਰੁਪਏ ਦੀ ਇਸ ਵਿੱਤੀ ਵਰ੍ਹੇ 'ਚ ਹੋਣੀ ਆ, 23,000 ਕਰੋੜ ਫਿਰ ਸਰਕਾਰ ਬਿਜਲੀ ਬੋਰਡ ਨੂੰ ਦਿੰਦੀ ਹੈ। ਇਹਨਾਂ ਨੇ ਹਜੇ ਪਿਛਲੇ ਬਕਾਏ ਨਹੀਂ ਦਿੱਤੇ, ਕਾਂਗਰਸ ਵੇਲੇ ਵੀ ਬਕਾਇਆ ਰਹਿੰਦਾ, ਇਹਨਾਂ ਵੇਲੇ ਵੀ ਬਕਾਇਆ ਰਹਿੰਦਾ। ਅਤੇ ਪੰਜਾਬ 'ਤੇ ਹੁਣ 3,57,3.57 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਪੰਜਾਬ 'ਤੇ। ਜਦੋਂ ਦੀ ਇਹ ਸਰਕਾਰ ਆਈ ਹੈ 90,000 ਕਰੋੜ ਰੁਪਈਆ ਇਹਨਾਂ ਕਰਜ਼ਾ ਚੁੱਕ ਲਿਆ ਹੈਗਾ, ਹਜੇ ਹੋਰ ਚੁੱਕਣਾ ਹੈਗਾ। ਅਜਿਹੀ ਸਥਿਤੀ ਦੇ ਵਿੱਚ ਸਰਕਾਰ ਵਾਸਤੇ ਬਹੁਤ ਜ਼ਿਆਦਾ ਔਖਾ। ਹੁਣ ਸਰਕਾਰ ਨੇ ਟੈਕਸ ਲਾਏ ਨੇ, ਇੱਕ ਤਾਂ ਜਿਹੜੀ ਬਿਜਲੀ ਜਿਹੜੀ ਦਿੱਤੀ ਜਾਂਦੀ ਸੀ ਸਬਸਿਡੀ 2 ਤਰ੍ਹਾਂ ਦੀ ਹੋ ਗਈ, ਇੱਕ ਤਾਂ 90%, ਇੱਕ ਜੇ 7 ਕਿਲੋਵਾਟ ਤੱਕ ਜਿਨ੍ਹਾਂ ਨੂੰ ਬਿਜਲੀ ਸੀ ਉਹਨਾਂ ਨੂੰ 3-3.5 ਰੁਪਏ ਹੀ ਹੁੰਦੀ, ਉਹ ਵੀ ਸਰਕਾਰ ਨੇ ਵਾਪਸ ਲੈ ਲਈ ਆ। ਗ੍ਰੀਨ ਟੈਕਸ ਲਾ ਦਿੱਤਾ ਪੁਰਾਣੀਆਂ ਗੱਡੀਆਂ ਅਤੇ ਬੱਸਾਂ ਦੇ ਕਿਰਾਏ ਵਧਾ ਦਿੱਤੇ, ਡੀਜ਼ਲ ਪੈਟਰੋਲ ਅਤੇ ਵੈਟ ਵਧਾ ਦਿੱਤਾ। ਸਰਕਾਰ ਨੂੰ ਇਹਨਾਂ ਨੂੰ 2200 ਕਰੋੜ ਰੁਪਈਆ ਮਿਲੂਗਾ, ਪਰ ਉਹ ਅੱਗੇ ਮਿਲਣਾ ਵਾ ਸਰਕਾਰ ਨੂੰ। ਹੁਣ ਤਾਂ ਚਾਹੀਦੇ ਅੱਜ ਕਿੰਨੇ ਪੈਸੇ ਆ ਰਹੇ ਹੈਗੇ ਨੇ। ਅਜਿਹੀ ਸਥਿਤੀ ਹੁਣ ਇੱਕ ਸਬਸਿਡੀ ਜਿਹੜੀ ਆ ਬਹੁਤ ਵੱਡਾ ਇੱਕ ਬੋਝ ਬਣਦੀ ਜਾ ਰਹੀ ਆ। ਹਾਲਾਂਕਿ ਸਰਕਾਰ ਨੂੰ ਤਾਂ ਇਹ ਕਰਨਾ ਚਾਹੀਦਾ ਕਿ ਤੁਸੀਂ ਜਿਹੜੇ ਰਸੂਖਵਾਂ ਲੋਕ ਨੇ, ਚਾਹੇ ਉਹ ਵਾਈ ਯੋਗ ਨੇ, ਖੇਤੀ ਕਰਦੇ ਨੇ ਚਾਹੇ ਨਹੀਂ ਕਰਦੇ ਹੈਗੇ ਨਾ, ਜਿਹੜੇ ਰੱਜੇ ਪੁੱਜੇ ਪਰਿਵਾਰ ਨਾਲ ਸਰਦੇ ਪੁੱਜਦੇ ਪਰਿਵਾਰ ਨੇ, ਮੰਨ ਲਓ ਜੇ ਕਿਸੇ ਦੇ 10 ਏਕੜ ਤੋਂ ਵੱਧ ਪੈਲੀਆਂ ਨੇ, ਚੰਗੀ ਖੇਤੀ ਕਰਦੇ ਨੇ, ਘਰ ਦੇ ਵਿੱਚ ਟਰੈਕਟਰ ਨੇ, ਹੋਰ ਸਾਰੇ ਸਾਧਨ ਨੇ, ਘਰਾਂ 'ਚ AC ਵੀ ਆ, ਹੈ ਨਾ, ਮਹਿੰਗੀਆਂ ਫੋਰਚੂਨਰ ਨੋਵਾ ਵੀ ਘਰ ਖੜੀਆਂ ਗੱਡੀਆਂ ਕਈਆਂ ਦੇ, ਕੀ ਉਹ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ?
ਇਸੇ ਤਰ੍ਹਾਂ ਜਿਨ੍ਹਾਂ ਦੇ ਘਰ ਘਰੇਲੂ ਆ, ਜਿਨ੍ਹਾਂ ਦੇ ਘਰ ਗੱਡੀਆਂ ਨੇ, ਕਈਆਂ ਦੋ ਆ, ਮੋਟਰਸਾਈਕਲ ਆ, ਏਸੀ ਲੱਗੇ ਨੇ, ਪਤਾ ਨਹੀਂ ਕੀ ਕੁਝ ਹੈ, ਚੰਗੇ ਘਰ ਨੇ, ਕਿ ਉਹ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ ਹੈਗੇ। ਘੱਟੋ ਘੱਟ ਜਿਹੜਾ 10 ਏਕੜ ਵਾਲਾ ਕਿਸਾਨ ਆ, ਜ਼ਿਮੀਂਦਾਰ, ਉਹ ਬਿੱਲ ਭਰ ਸਕਦਾ। ਜਿਹੜਾ ਸਰਕਾਰੀ ਦਫ਼ਤਰਾਂ ਦੇ ਵਿੱਚ ਪੱਕਾ ਪੀਅਨ ਵੀ ਲੱਗਣ, ਚਪੜਾਸੀ ਵੀ ਲੱਗਾ, ਸੇਵਾਦਾਰ ਵੀ ਲੱਗਾ, ਉਹ ਕੀ ਉਹ ਬਿਜਲੀ ਵੀ ਨਹੀਂ ਭਰ ਸਕਦਾ ਹੈਗਾ। ਜਾਂ ਜਿਨ੍ਹਾਂ ਦੀ ਪੈਨਸ਼ਨ ਹੀ ਸਰਕਾਰੀ ਮੁਲਾਜ਼ਮ ਰਿਟਾਇਰ ਹੁੰਦਾ, ਕਈਆਂ ਦੀ ਪੈਨਸ਼ਨ ਆ 40-40, 50-50 ਹਜ਼ਾਰ ਰੁਪਈਆ ਪੈਨਸ਼ਨਾਂ ਦੀ, ਕੀ ਉਹ ਬਿੱਲ ਨਹੀਂ ਭਰ ਸਕਦਾ ਹੈਗਾ। ਸਰਕਾਰ ਨੂੰ ਤਾਂ ਇੱਦਾਂ ਦੇ ਕਦਮ ਚੁੱਕਣੇ ਪੈਣਗੇ ਤਾਂ ਖਜ਼ਾਨਾ ਭਰਨਾ। ਇਹ ਤਾਂ ਨਹੀਂ ਆ ਕਿ ਕਰਜ਼ਾ ਚੱਕ ਚੱਕ ਕੇ ਅਤੇ ਸਬਸਿਡੀਆਂ ਦੇਈ ਚਲੋ। ਜੋ ਨੁਕਸਾਨ ਪੰਜਾਬ ਦਾ ਸਬਸਿਡੀਆਂ ਦੇ ਮਸਲੇ ਦੇ ਵਿੱਚ ਅਕਾਲੀ ਕਰ ਗਏ ਜਾਂ ਕਾਂਗਰਸੀ ਕਰ ਗਏ, ਉਹ ਨੁਕਸਾਨ ਹੁਣ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਨੇ। ਬੀਬੀਆਂ ਵਾਸਤੇ ਬੱਸਾਂ ਫਰੀ ਕਰ ਦਿੱਤੀਆਂ ਹੈਗੀਆਂ। ਕੀ ਗੱਲ, ਪਹਿਲਾਂ ਬੀਬੀਆਂ ਵਾਂਢੇ ਨਹੀਂ ਜਾਂਦੀਆਂ ਹੈਗੀਆਂ, ਜਾਂਦੀਆਂ ਸੀ ਵਾਂਢੇ। ਜੇ ਤੁਸੀਂ ਸਬਸਿਡੀ ਦੇਣੀ ਹੈ ਦਿਓ, ਕੁੜੀਆਂ ਨੂੰ ਦਿਓ, ਫਰੀ ਦਿਓ, ਵੀ ਤੁਹਾਨੂੰ ਪਾਸ ਬਣਾਉਣ ਦੀ ਲੋੜ ਨਹੀਂ, ਹਾਂ ਤੁਹਾਡੇ ਕੋਲ ਕਾਲਜ ਦਾ ਆਈ ਕਾਰਡ ਹੋਣਾ ਚਾਹੀਦਾ ਹੈਗਾ, ਉਹਨਾਂ ਨੂੰ ਦਿਓ। ਬਾਕੀ ਬੀਬੀਆਂ ਨੂੰ ਬੰਦ ਕਰਕੇ ਕੁੜੀਆਂ ਨੂੰ ਪ੍ਰਾਈਵੇਟ ਬੱਸਾਂ ਵੀ ਫਰੀ ਕਰ ਦੇਣੀਆਂ ਚਾਹੀਦੀਆਂ ਹੈਗੀਆਂ। ਬੱਸਾਂ ਪ੍ਰਾਈਵੇਟ ਦੇ ਵਿੱਚ ਵੀ ਕੇਸ, ਜਿੰਨੇ ਪਾਸ ਬਣਨਗੇ ਸਰਕਾਰ ਉਹਨਾਂ ਨੂੰ ਪੈਸੇ ਦੇ ਦੇ। ਜਿੱਥੇ ਸਬਸਿਡੀ ਦੇਣ ਦੀ ਲੋੜ ਸਰਕਾਰ ਦਿੰਦੀ ਨਹੀਂ, ਕਿਉਂਕਿ ਬਹੁਤੀਆਂ ਕੁੜੀਆਂ ਪਲੱਸ ਟੂ ਤੋਂ ਬਾਅਦ ਕਾਲਜ ਇਸ ਕਰਕੇ ਜਾਂਦੇ ਕਿ ਕਾਲਜ 40-40, 50-50 ਕਿਲੋਮੀਟਰ ਤੱਕ, ਉਹਨਾਂ ਨੂੰ ਫਰੀ ਕਰ ਦੇਣ, ਪ੍ਰਾਈਵੇਟ ਵੀ ਬੱਸਾਂ ਫਰੀ ਕਰ ਦੇਣ। ਅਸੀਂ ਨਵੀਆਂ ਇੱਕ ਹੋਰ ਵੀ ਕੁਛ ਦਿਨਾਂ ਦੇ ਵਿੱਚ ਇੱਕ ਦੋ ਚੀਜ਼ਾਂ ਵੇਖੀਆਂ ਨੇ। ਅਸੀਂ ਪੰਜਾਬ 'ਚ ਕਿਧਰ ਵੀ ਜਾਂਦੇ ਹਾਂ ਅਤੇ ਜਿਹੜੀ ਪੰਜਾਬ ਰੋਡਵੇਜ਼ ਦੀ ਬੱਸ ਹੋਈ, ਉਹਦੇ ਵਿੱਚ ਬੀਬੀਆਂ ਤਾਂ ਨਜ਼ਰ ਆਉਣਗੀਆਂ, ਜਿਹੜੇ ਜਿਹੜੇ ਆਪਣੇ ਮੇਲ ਨੇ ਉਹ ਬੜੇ ਘੱਟ ਨਜ਼ਰ ਆਉਣਗੇ। ਅਤੇ ਹੋ ਕੀ ਰਿਹਾ ਹੈਗਾ ਵੀ ਜਿਹੜੀ ਹਰਿਆਣਾ ਰੋਡਵੇਜ਼ ਜਾਂ ਜੰਮੂ ਕੋਈ ਡਿਪੋ ਆ ਜਾਂ ਹਿਮਾਚਲ ਦੀ ਹੈ, ਉਹ ਕਹਿੰਦੇ ਨੇ ਜੀ ਇਹ ਸੀਟ ਖਾਲੀ ਹੈ, ਅਸੀਂ ਇੱਥੇ ਜਾ ਕੇ ਬਹਿ ਜਾਂਦੇ, ਸਾਨੂੰ ਕੀ ਲੋੜ ਹੈ ਪੰਜਾਬ ਰੋਡ ਦੇ ਵਿੱਚ ਬਹਿਣ ਦੀ। ਇਹ ਬਿਲਕੁਲ ਇਹੀ ਹੈ ਨਾ ਕਿ ਜਿਹੜਾ ਪੰਜਾਬ ਰੋਡਵੇਜ਼ ਜਾਂ ਪੈਪਸੂ ਰੋਡ, ਉਹਦਾ ਵੀ ਤਾਂ ਬੇੜਾ ਭੱਠਾ ਬਿਠਾ ਹੀ ਦਿੱਤਾ, ਉਹ ਪਿਛਲੀ ਕਾਂਗਰਸ ਸਰਕਾਰ ਨੇ ਕਰ ਦਿੱਤਾ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹਦਾ ਜੇ ਬਿਜਲੀ ਫਰੀ ਕਰਦੇ ਨਾਲ ਵੋਟਾਂ ਪੈ ਜਾਂਦੀਆਂ ਅਤੇ ਫਿਰ ਅਕਾਲੀ ਨਾ ਜਾਂਦੇ, ਜਾਂ ਜਿਹੜੀਆਂ ਅਕਾਲੀਆਂ ਵੱਲੋਂ ਸਕੀਮਾਂ ਜਾਰੀ ਕੀਤੀਆਂ ਗਈਆਂ, ਜਾਂ ਕੈਪਟਨ ਨੇ ਨਵੀਂ ਸਕੀਮ ਲਾ ਦਿੱਤੀ ਕਿ ਬੀਬੀਆਂ ਨੂੰ ਬੱਸਾਂ ਫਰੀ ਕਰਦੀਆਂ, ਫਿਰ ਬੀਬੀਆਂ 'ਤੇ ਵੋਟਾਂ ਪਾ ਦਿੰਦੀਆਂ, ਘੱਟੋ ਘੱਟ 38 MLA ਤਾਂ ਆ ਜਾਂਦੇ, ਉਹਨਾਂ ਦੇ 18 ਹੀ ਬੱਸਾਂ ਆਏ ਨੇ। ਇਸ ਕਰਕੇ ਸਬਸਿਡੀ ਜਿਹੜੀਆਂ ਤੁਸੀਂ ਦਿੰਦੇ ਉਹ ਲੋਕ ਹੱਕ ਸਮਝਦੇ ਨੇ, ਵੋਟਾਂ 'ਚ ਨਹੀਂ ਤਬਦੀਲ ਹੁੰਦੀ, ਕਿਉਂਕਿ ਤੁਹਾਡੀਆਂ ਬਾਅਦ 'ਚ ਕਰਤੂਤਾਂ ਇੰਨੀਆਂ ਮਾੜੀਆਂ ਹੋ ਜਾਂਦੀਆਂ, ਲੋਕ ਕਹਿੰਦੇ ਦਫਾ ਕਰੋ, ਇਹਨਾਂ ਕਿਹੜੇ ਘਰੋਂ ਦਿੱਤੇ ਹੈਗੇ ਸੀ, ਸਾਡੇ ਪੈਸੇ ਹੀ, ਸਾਡੀਆਂ ਜੁੱਤੀਆਂ ਸਾਡੇ ਸਿਰ ਮਾਰ ਦਿੰਦੇ, ਕਿਹੜੀ ਕੋਈ ਨਵੀਂ ਗੱਲ ਆ। ਪਰ ਸਬਸਿਡੀ ਇੱਦਾਂ ਜਿਹੜੀ ਉਹਦੇ 'ਚ ਸੋਧ ਹੋਣ ਦੀ ਜ਼ਰੂਰਤ ਆ, ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦੇਣੀ ਚਾਹੀਦੀ ਹੈਗੀ ਆ, ਜਿਨ੍ਹਾਂ ਨੇ ਨਹੀਂ ਲੋੜ ਨਹੀਂ ਦੇਣੇ। ਹੁਣ ਬੀਬੀਆਂ ਪਹਿਲਾਂ ਵੀ ਤਾਂ ਵਿਆਹਾਂ ਸ਼ਾਦੀਆਂ ਵਾਂਢੇ ਜਾਂਦੀਆਂ ਸੀ, ਪਹਿਲਾਂ ਵੀ ਭਾੜਾ ਖਰਚਦੇ, ਹੁਣ ਮੇਲੇ ਲੱਗੇ ਪਏ ਨੇ, ਬੱਸਾਂ PRTC ਦੀਆਂ, ਰੋਡਵੇਜ਼ ਦੀਆਂ ਬੀਬੀਆਂ ਦੇ ਨਾਲ ਹੀ ਆ, ਉਹ ਤਾਂ ਲਿਖ ਦੇਣਾ ਚਾਹੀਦਾ ਪੰਜਾਬ ਰੋਡਵੇਜ਼ ਦੀ ਜਗ੍ਹਾ ਲਿਖ ਦਿਉ ਬੀਬੀਆਂ ਦੀ ਬੱਸ, PRTC ਲਿਖ ਦਿਉ ਬੀਬੀਆਂ ਦੀ ਬੱਸ ਲਿਖ ਦਿਉ, ਕਿਉਂਕਿ ਬੇੜਾ ਹੀ ਗਰਕ ਕਰ ਦਿੱਤਾ ਹੈਗਾ ਨਾ। ਅਜਿਹੀ ਸਥਿਤੀ ਦੇ ਵਿੱਚ ਹੁਣ ਸਰਕਾਰ ਕੌੜੇ ਘੁੱਟ ਭਰ ਰਹੀ ਆ, ਇਹ ਹੁਣ ਮਰਦੀ ਨੂੰ ਅੱਕ ਚੱਬਣਾ ਪੈ ਰਿਹਾ ਸਰਕਾਰ ਨੂੰ, ਕਿਉਂਕਿ ਅਗਸਤ ਮਹੀਨੇ ਦੀ ਤਨਖਾਹ ਸਤੰਬਰ ਦੇ ਵਿੱਚ ਬੜੀ ਔਖੀ ਮਿਲੀ ਆ। ਸਰਕਾਰੀ ਅਧਿਕਾਰੀ ਕਹਿੰਦੇ ਨੇ ਕਿ ਜਿਹੜੀ ਦਸੰਬਰ ਤੱਕ ਉਹ ਤਨਖਾਹਾਂ ਦੇਣੀਆਂ ਬਹੁਤ ਔਖੀਆਂ ਹੋ ਜਾਣੀਆਂ, ਇਸੇ ਕਰਕੇ ਹੁਣ ਸਰਕਾਰ 'ਤੇ ਜਿਹੜਾ ਕਰਜ਼ਾ ਵੱਧ ਚੁੱਕਾ ਹੈਗਾ। ਔਰ ਪਹਿਲੀ ਗੱਲ ਹੈ ਕਿ ਸਾਡੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਅਗਰ ਮੁਲਾਜ਼ਮਾਂ ਦੀ ਤਨਖਾਹ ਨਾ, ਉਹ ਪੰਜਾਬ ਦੇ ਵਿੱਚ ਆ। 35,000 ਕਰੋੜ ਰੁਪਈਆ ਸਾਲਾਨਾ ਮੁਲਾਜ਼ਮਾਂ ਦੀ ਤਨਖਾਹ 'ਤੇ ਨਿਕਲਦਾ, 19,800 ਕਰੋੜ ਰੁਪਈਆ ਜਿਹੜੇ ਸਾਡੇ ਪੰਜਾਬ ਦੇ ਵੱਖ ਵੱਖ ਮਹਿਕਮਿਆਂ 'ਚੋਂ ਰਿਟਾਇਰ ਹੋਏ ਪੈਨਸ਼ਨਾਂ ਨੂੰ ਮਿਲਦਾ, ਮੋਟੇ ਰੂਪ ਦੇ ਵਿੱਚ 55,000 ਕਰੋੜ ਰੁਪਈਆ ਤਾਂ ਸਾਲ ਦਾ ਹੀ ਨਿਕਲ ਜਾਂਦਾ। ਮੰਨ ਕੇ ਚੱਲਦੇ ਜੀ ਆਪਾਂ 100 ਰੁਪਈਆ ਪੰਜਾਬ ਸਰਕਾਰ ਦੀ ਇਨਕਮ ਨਾ, 80 ਰੁਪਈਏ ਨਿਕਲ ਜਾਂਦੇ ਨੇ ਤਨਖਾਹ 'ਤੇ ਅਤੇ ਪੈਨਸ਼ਨਾਂ 'ਤੇ। ਫਿਰ
ਇੱਧਰ ਕਰਜ਼ੇ 'ਤੇ ਨਿਕਲ ਜਾਂਦੇ। ਪੰਜਾਬ ਦੀ ਮਾੜੀ ਤਸਵੀਰ ਹੈ, ਸਾਨੂੰ ਕਰਜ਼ੇ ਦੀ ਕਿਸ਼ਤ ਦੇਣ ਵਾਸਤੇ ਕਰਜ਼ਾ ਚੁੱਕਣਾ ਪੈ ਰਿਹਾ, ਕਿਉਂਕਿ ਲੀਕੇਜ ਇੰਨੀ ਜ਼ਿਆਦਾ। ਅਗਰ ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਸਾਹਿਬ ਦੇ ਕਹਿਣ 'ਤੇ ਚੱਲਦੀ ਤਾਂ ਉਹਨਾਂ ਨੇ ਪੰਜਾਬ ਸਰਕਾਰ ਨੂੰ 50,000 ਕਰੋੜ ਰੁਪਇਆ ਇਕੱਠਾ ਕਰਕੇ ਦੇਣਾ ਸੀ। 30,000 ਕਰੋੜ ਰੁਪਈਆ ਉਹਨਾਂ ਨੇ ਕੱਢਣਾ ਸੀ ਐਕਸਾਈਜ਼ ਪੋਲਿਸੀ 'ਚੋਂ, 20,000 ਕਰੋੜ ਉਹਨਾਂ ਕੱਢਣਾ ਸੀ ਰੇਤਾ 'ਚੋਂ। ਸਾਲ ਦਾ 50 ਕਰੋੜ ਰੁਪਈਆ ਹੋ ਗਿਆ ਅਤੇ 2 ਸਾਲ ਦਾ ਹੋ ਗਿਆ 1,00,000 ਕਰੋੜ ਹੋ ਗਿਆ ਅਤੇ ਉੱਪਰ ਹੋ ਗਏ 8 ਮਹੀਨੇ, ਮਤਲਬ ਮੋਟੇ ਰੂਪ ਦੇ ਵਿੱਚ 1,50,000 ਕਰੋੜ ਰੁਪਈਆ ਰੇਤਾ ਅਤੇ ਸ਼ਰਾਬ ਦਾ ਚੋਰੀ ਹੋ ਗਿਆ। ਕਿਉਂਕਿ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਇੰਨੇ ਪੈਸੇ ਅਸੀਂ ਇਕੱਠੇ ਕਰ ਲੈਣੇ ਪਹਿਲੇ ਸਾਲ ਦੇ ਵਿੱਚ। ਹੁਣ ਜਦ 1,50,000 ਕਰੋੜ ਰੁਪਏ ਦੀ ਰੇਤਾ ਅਤੇ ਸ਼ਰਾਬ ਦੀ ਚੋਰੀ ਹੋ ਗਈ ਆ ਤਾਂ ਪੰਜਾਬ ਨੂੰ ਤਾਂ ਫਿਰ ਕਰਜ਼ਾ ਚੁੱਕਣਾ ਪਊਗਾ। ਮਤਲਬ ਉਹਨਾਂ ਨੇ ਕਿਹਾ ਸੀ ਕਿ ਮੈਂ IRS ਆਫਿਸਰ ਹੋਣ ਦੇ ਨਾਤੇ, ਕਿਉਂਕਿ ਇੰਡੀਅਨ ਰੈਵਨਿਊ ਸਰਵਿਸ ਦੇ ਅਧਿਕਾਰੀ 1900 ਬੈਚ ਦੇ ਵਿੱਚ ਉਹ ਭਰਤੀ ਹੋ ਗਏ ਸੀ, ਨੌਕਰੀ ਛੱਡ ਕੇ ਆ ਗਏ ਨੇ, ਅਤੇ ਮੈਂ ਇੱਕ IRS ਆਫਿਸਰ ਵੀ ਹਾਂ ਔਰ ਇੱਕ ਮੈਂ ਬਾਣੀਆਂ ਵੀ ਹਾਂ, ਮੈਨੂੰ ਪਤਾ ਪੈਸਾ ਕਿਵੇਂ ਇਕੱਠਾ ਕਰੀਦਾ ਅਤੇ ਕਿਵੇਂ ਸੰਭਾਲੀਦਾ ਹੈਗਾ। ਹੁਣ ਦੇਖੋ ਨਾ, ਸਾਡੇ ਇੱਕ ਪੰਜਾਬ ਦਾ ਆਪਾਂ ਮੰਨ ਕੇ ਚੱਲਦੇ ਕੇਜਰੀਵਾਲ ਸਾਹਿਬ ਦੇ ਬੋਲਾਂ 'ਤੇ ਪਹਿਰਾ ਦੇ ਦਿੰਦੇ ਹੈਗੇ ਕਿ ਪਿੱਛੇ ਸ਼ਰਾਬ ਦੇ ਵਿੱਚ ਵੀ ਚੋਰੀ ਹੁੰਦੀ ਜਾਂ ਰੇਤਾ 'ਚ ਵੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ, ਪਰ ਇਹਨਾਂ ਦੀ ਸਰਕਾਰ ਦੇ ਵਿੱਚ ਨਹੀਂ ਹੋਣੀ। ਅਤੇ ਪੰਜਾਬ ਦੀ ਜਨਤਾ ਨੂੰ ਪੁੱਛਣਾ ਚਾਹੀਦਾ ਪੰਜਾਬ ਸਰਕਾਰ ਕੋਲੋਂ ਕਿ ਜਿਹੜਾ 1 ਸਾਲ ਦਾ 50,000 ਕਰੋੜ ਰੁਪਈਆ, 2 ਸਾਲਾਂ ਦਾ 1,00,000 ਕਰੋੜ ਰੁਪਈਆ, ਉੱਪਰ 8 ਮਹੀਨਿਆਂ ਦਾ ਉੱਪਰ ਫੇਰ ਲਾ ਲਓ ਨਾ, ਲਗਭਗ 2,50,000 ਕਰੋੜ ਰੁਪਈਆ ਕਿੱਥੇ ਗਿਆ? ਅਤੇ ਜੇ 2,50,000 ਕਰੋੜ ਆਪਾਂ ਸਾਲ ਦਾ ਕਹਿੰਦੇ ਕਿ 50,000 ਕਰੋੜ ਰੁਪਈਆ ਸਾਡੇ ਖਜ਼ਾਨੇ 'ਚ ਹੁੰਦਾ ਤਾਂ ਪੰਜਾਬ ਦਾ ਤਾਂ ਕਰਜ਼ਾ ਉੱਤਰ ਜਾਂਦਾ 5 ਸਾਲਾਂ ਦੇ ਵਿੱਚ। ਇਸ ਕਰਕੇ ਹੁਣ ਸਰਕਾਰ ਕੌੜੇ ਘੁੱਟ ਭਰ ਰਹੀ ਹੈ, ਲੇਕਿਨ ਜਿਹੜੀ ਲੀਕੇਜ ਹੋ ਰਹੀ ਆ, ਜਿਹੜੀ ਭ੍ਰਿਸ਼ਟਾਚਾਰ ਹੋ ਰਹੀ ਆ, ਕਰਪਸ਼ਨ ਹੋ ਰਹੀ ਆ ਮਾਈਨਿੰਗ ਦੇ ਮਸਲੇ ਦੇ ਵਿੱਚ, ਸ਼ਰਾਬ ਦੇ ਮਸਲੇ ਦੇ ਵਿੱਚ, ਜਾਂ ਹੋਰ ਡਿਪਾਰਟਮੈਂਟਾਂ ਦੇ ਵਿੱਚ ਕਰਪਸ਼ਨ ਹੋ ਰਹੀ ਆ, ਉਹਦੇ ਨਾਲ ਖਜ਼ਾਨਾ ਤਾਂ ਲੁੱਟਿਆ ਜਾ ਰਿਹਾ। ਕਿਉਂਕਿ ਹੋਰ ਕੋਈ ਕਵੇ ਅਤੇ ਲੋਕ ਯਕੀਨ ਨਹੀਂ ਕਰਦੇ। ਹੁਣ ਤਾਂ ਤੁਹਾਡੀ ਜਿਹੜੀ ਕੈਬਨਿਟ ਮੰਤਰੀ ਆ ਅਨਮੋਲ ਗਗਨ ਮਾਨ, ਉਹਨੇ ਕਹਿ ਦਿੱਤਾ ਹੈਗਾ ਕਿ ਮੇਰੇ ਨਾਮ 'ਤੇ ਅਫਸਰ ਪੈਸੇ ਲੈ ਗਏ। ਉਹਨੇ ਵੀ ਬੀਬੀ ਨੇ ਉਦੋਂ ਨਾਮ ਲਿਆ ਜਦੋਂ ਦੋਨੇ ਅਫਸਰ ਦੀ ਬਦਲੀ ਹੋ ਗਈ, ਕਿ ਜਾਂ ਤਾਂ ਉਦੋਂ ਹੀ ਫੜਾ ਦਿੰਦੇ ਹੈਗੇ। ਜਦ ਕਰਪਸ਼ਨ ਚੱਲ ਰਹੀ ਹੈ ਮਹਿਕਮੇ 'ਚ, ਹੁਣ ਬੀਬੀ ਪਤਾ ਨਹੀਂ ਸੱਚ ਬੋਲਦੀ ਕਿ ਝੂਠ ਬਣੇ, ਬੀਬੀ ਨੂੰ ਪਤਾ ਹੋਊਗਾ ਕਿ ਕਿਹੜੇ ਅਫਸਰਾਂ ਨੇ ਪੈਸੇ ਖਾਧੇ ਜਾਂ ਕਿੰਨੇ ਮੰਗੇ ਨੇ ਜਾਂ ਕਿੰਨੇ ਉਹਨਾਂ ਨੂੰ ਦੱਸਿਆ ਗਾ, ਉਹਦੇ ਇੱਕ ਜਾਂਚ ਦਾ ਵਿਸ਼ਾ। ਪਰ ਇਹਦਾ ਮਤਲਬ ਪੰਜਾਬ 'ਚ ਕਰਪਸ਼ਨ ਚੱਲ ਰਹੀ ਆ। ਹੁਣ ਜਦੋਂ ਪੰਜਾਬ ਦੇ ਵਿੱਚ ਕਰਪਸ਼ਨ ਚੱਲ ਰਹੀ ਆ, ਟਰਾਂਸਪੋਰਟ 'ਚ ਚੱਲ ਰਹੀ ਆ, ਮਾਈਨਿੰਗ ਦੇ ਵਿੱਚ ਚੱਲ ਰਹੀ ਆ, ਸ਼ਰਾਬ ਦੇ ਵਿੱਚ ਚੱਲ ਰਹੀ ਆ, ਹਰ ਡਿਪਾਰਟਮੈਂਟ ਦੇ ਵਿੱਚ ਚੱਲ ਰਹੀ ਆ, ਤਾਂ ਫਿਰ ਪੰਜਾਬ ਦੇ ਵਿੱਚ ਕਿਵੇਂ ਜਿਹੜੀਆਂ ਤੁਸੀਂ ਸਹੂਲਤਾਂ ਨੂੰ ਅੱਗੇ ਰੱਖ ਸਕਦੇ ਹੋ? ਮਤਲਬ ਇਹ ਤਾਂ ਨਹੀਂ ਹੈ ਕਿ ਕਰਜ਼ਾ ਚੁੱਕ ਕੇ ਅਤੇ ਸਹੂਲਤਾਂ ਦੇ ਹੀ ਚਲੋ, ਤੁਹਾਨੂੰ ਆਪਣੇ ਵਸੀਲੇ ਵੀ ਵਧਾਉਣੇ ਪੈਣਗੇ। ਹੁਣ ਆ ਜਿਹੜਾ ਕਿਸਾਨਾਂ ਦਾ ਜਿਹੜਾ ਮਸਲਾ ਨਾ, ਕਿ 9,000 ਕਿਸਾਨਾਂ ਦੀ ਪਛਾਣ ਕੀਤੀ ਗਈ, ਉਹਦੇ ਨਾਲ ਕਿੰਨੇ ਕੁ ਸਰਕਾਰ ਦੇ ਪੈਸੇ ਬਚ ਜਾਣਗੇ? ਜਿੱਥੋਂ ਸਰਕਾਰ ਨੇ ਕਮਾਈ ਕਰਨੀ ਸੀ, ਰੈਵਨਿਊ ਡਿਪਾਰਟਮੈਂਟ 'ਚੋਂ ਕਮਾਈ ਕਰਨੀ ਸੀ, ਟਰਾਂਸਪੋਰਟ ਵਿਭਾਗ 'ਚੋਂ ਕਮਾਈ ਕਰਨੀ ਸੀ, ਮਾਈਨਿੰਗ 'ਚੋਂ ਕਮਾਈ ਕਰਨੀ ਸੀ, ਐਕਸਾਈਜ਼ 'ਚੋਂ ਕਮਾਈ ਕਰਨੀ ਸੀ, ਉੱਥੇ ਤਾਂ ਸਾਰੀ ਲੁੱਟ ਖਸੁੱਟ ਹੋ ਰਹੀ ਹੈਗੀ ਆ। ਅਤੇ ਫਿਰ ਪੰਜਾਬ ਨੂੰ ਕਰਜ਼ੇ 'ਚੋਂ ਕਿਵੇਂ ਬਾਹਰ ਕੱਢ ਲਓਗੇ? ਜਦੋਂ 1997 ਦੇ ਵਿੱਚ ਸਰਕਾਰ ਬਣੀ ਸੀ ਅਕਾਲੀਆਂ ਦੀ, ਪਹਿਲੀ ਦਫਾ ਕਹਿੰਦੇ ਸੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈਣ ਦਾ, 2007 ਤੋਂ ਲੈ ਕੇ 2017 ਤੱਕ ਜੋ ਸਰਕਾਰ ਰਹੀ, ਅਤੇ ਕਹਿੰਦੇ ਪੰਜਾਬ ਨੂੰ ਅਸੀਂ ਕੈਲੀਫੋਰਨੀਆ ਬਣਾਉਣਾ, ਸੁਖਬੀਰ ਸਿੰਘ ਬਾਦਲ ਹੋਣੀ ਅਕਸਰ ਕਹਿੰਦੇ। ਹੁਣ ਜਦੋਂ ਦਾ 28 ਮਹੀਨੇ ਹੋ ਗਏ ਆਮ ਆਦਮੀ ਪਾਰਟੀ, ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਉਣਾ, ਨਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਨਾ ਹੁਣ, ਨਾ ਇਹ ਕੈਲੀਫੋਰਨੀਆ ਬਣਨਾ, ਅਤੇ ਨਾ ਰੰਗਲਾ ਪੰਜਾਬ ਬਣਨਾ। ਪੰਜਾਬ ਨੂੰ ਪੰਜਾਬ ਹੀ ਰਹਿਣ ਦਿੱਤਾ ਜਾਵੇ ਨਾ,
ਅਤੇ ਤਦ ਵੀ ਸਾਡਾ ਬਚਾਅ ਹੈਗਾ, ਨਹੀਂ ਤਾਂ ਆਹ ਜਿਹੜੇ ਕਦੀ ਅਕਾਲੀ ਲੁੱਟ ਕੇ ਲੈ ਗਏ ਪੰਜਾਬ ਨੂੰ, ਕਦੀ ਕਾਂਗਰਸੀ ਲੁੱਟ ਕੇ ਲੈ ਗਏ, ਹੁਣ ਵੀ ਤਾਂ ਝਾੜੂ ਵਾਲੇ ਲੁੱਟ ਹੀ ਰਹੇ ਨੇ, ਕੋਈ ਟਾਵਾਂ ਟਾਵਾਂ ਨਹੀਂ ਲੁੱਟਦਾ ਹੋਊਗਾ ਤਾਂ ਨਹੀਂ, ਬਾਕੀ ਤਾਂ ਪੰਜਾਬ ਦੇ ਫਾਹੇ ਵੱਢਣ 'ਤੇ ਲੱਗੇ ਹੋਏ ਨੇ ਸਰਕਾਰਾਂ।